ਸੰਦੀਪ ਨੰਗਲ ਅੰਬੀਆਂ ਉਹਨਾਂ ਦੇ ਨਿਆਣਿਆਂ ਲਈ ਆਪਾਂ ਫੰਡ ਰੇਜ਼ ਕਰ ਰਹੇ ਹਾਂ ਅਤੇ ਮੈਂ ਲਿੰਕ ਸ਼ੇਅਰ ਕਰ ਰਿਹਾ ਜੇ ਤੁਹਾਡੇ 'ਚੋਂ ਕੋਈ ਹਿੱਸਾ ਪਾਉਣਾ ਚਾਹੁੰਦਾ ਤਾਂ ਜ਼ਰੂਰ। ਹਾਂਜੀ, ਜੀਵੇ ਗਵਾਡੀ ਦੇਖਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਜਿਸ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ। ਗੈਰੀ ਸੰਧੂ ਦੀ ਇਹ ਵੀਡੀਓ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਕਿਉਂਕਿ ਉਹਨਾਂ ਨੇ ਮਾਂਖੇੜ ਕਬੱਡੀ ਦੇ ਸੁਪਰ ਡੁਪਰ ਸਟਾਰ ਜਾਫੀ ਜੋ ਸਾਡੇ ਦਰਮਿਆਨ ਨਹੀਂ ਰਹੇ ਨੰਗਲ ਅੰਬੀਆਂ ਦੇ ਸੰਦੀਪ ਦੇ ਬੱਚਿਆਂ ਲਈ ਇੱਕ ਫੰਡ ਰੇਜ਼ ਦਾ ਇੱਕ ਕਹਿ ਸਕਦੇ ਗੋ ਫੰਡ ਦੇ ਇੱਕ ਆਪਾਂ ਲਿੰਕ ਕ੍ਰੀਏਟ ਕੀਤਾ ਜਿਸ ਦੇ ਵਿੱਚ 1,00,000 ਪਾਊਂਡ ਇਕੱਠਾ ਕਰਨ ਲਈ ਉਹਨਾਂ ਨੇ ਆਪਾਂ ਨੂੰ ਅਪੀਲ ਕੀਤੀ। ਜਲਦੀ ਤੋਂ ਜਲਦੀ ਪੈਸੇ ਇਕੱਠੇ ਦੋਸਤੋ ਕਰ ਦਿਓ, ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਜ਼ਰੂਰ ਮਿਲ ਜਾਵੇਗਾ। ਦੋਸਤੋ ਬਹੁਤ ਵਧੀਆ ਉਪਰਾਲਾ ਹੈ, ਇੱਕ ਪੰਜਾਬੀ ਮਾਂ ਬੋਲੀ ਕਹਿ ਸਕਦੇ ਹਾਂ, ਪੰਜਾਬ ਦੇ ਗਾਇਕ ਵੱਲੋਂ ਸਾਡੇ ਮਾਂਖੇੜ ਕਬੱਡੀ ਦੇ ਖਿਡਾਰੀ ਦੇ ਉਹਨਾਂ ਦੇ ਬੱਚਿਆਂ ਬਾਰੇ ਸੋਚਿਆ ਗਿਆ ਕਿਉਂਕਿ ਗੈਰੀ ਸੰਧੂ ਹਮੇਸ਼ਾ ਹੀ ਬਹੁਤ ਚੰਗੇ ਕਦਮ ਕਰਦੇ ਹਨ। ਦੋਸਤੋ ਆਪਾਂ ਉਹਨਾਂ ਦੇ ਬਹੁਤ ਵੱਡੇ ਫੈਨ ਹਾਂ ਦੋਸਤੋ, ਕਿਉਂਕਿ ਗੈਰੀ ਸੰਧੂ ਨੇ ਵਿਆਹ ਨਹੀਂ ਕਰਵਾਇਆ ਅਤੇ ਉਹਨਾਂ ਨੇ ਬੱਚੇ ਗੋਦ ਲਏ ਹਨ ਅਤੇ ਬੱਚਿਆਂ ਦਾ ਤਾਂ ਹਰ ਇੱਕ ਇਨਸਾਨ ਕਿਉਂਕਿ ਦਿਲ ਦਾ ਬਹੁਤ ਹੀ ਨੇਕ ਇਨਸਾਨ ਹੈ। ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਲੋਕਾਂ ਤੱਕ ਪਹੁੰਚ ਜਾ ਸਕੇ।